ਬਾਕੀ ਭਾਅ ਜੀ ਵਾਕਿਆ ਇਹੀ ਸੀਗਾ ਕਿ ਮੈਂ ਦੱਸਿਆ ਮਹੀਨਾ ਪਹਿਲਾਂ ਮੈਂ ਨਾ ਇਹਨਾਂ ਘਰ ਗਿਆ ਸੀਗਾ, ਇਹਨਾਂ ਨੇ ਮੇਰੇ ਹੱਥੀਂ ਪੈ ਕੇ ਮੇਰੀ ਪੱਗ ਲਾ ਦਿੱਤੀ। ਨਸ਼ੇ ਕਰਕੇ ਗਏ? ਸਰ ਮੈਂ ਨਸ਼ਾ ਨਹੀਂ, ਮੈਂ ਪੈਗ ਭੁਗਲਾਉਂਦਾ, ਮੈਂ ਝੂਠੇ ਬੋਲ ਉਹ ਉਹ ਹਾਂ ਵਿੱਚ ਬੰਦ ਕਰਨ ਵਾਸਤੇ ਕਦੀ ਬੰਦ ਕਰ। ਮੈਂ ਉਹਨਾਂ ਨੂੰ ਕਿਹਾ ਵੀ ਨਸ਼ਾ ਨਾ ਵੇਚੋ, ਮੇਰੇ ਭਰਾ ਵਾ, ਮੇਰਾ ਭਰਾ ਛੋਟਾ ਪ੍ਰਿੰਸ ਜਿਹੜਾ ਨਾਲ ਗਿਆ ਸੀ ਉਸ ਦਿਨ ਉਹਨੂੰ ਵੇਚ ਸੀਗਾ ਕਿ ਜਦੋਂ ਆਉਂਦਾ ਵਾ ਜਿਵੇਂ ਕਹਿੰਦੇ ਨਾ ਬੰਦੇ ਨੂੰ ਹੁੰਦਾ ਕੁਝ, ਉਹ ਕਿਤੇ ਲੰਘਦਾ ਹੁੰਦਾ ਉੱਧਰ ਗਲੀ ਚੋਂ ਵੀ, ਠੀਕ ਹੈ ਜੀ। ਅਤੇ ਉਹਨਾਂ ਨੇ ਕਹਿਣਾ ਇਹ ਗੱਲ ਸੁਣੀ ਪ੍ਰਿੰਸ, ਜਦੋਂ ਉਹਨਾਂ ਨੇ ਕਹਿਣਾ ਪ੍ਰਿੰਸ ਗੱਲ ਸੁਣੀ, ਪ੍ਰਿੰਸ ਸ਼ਾਹ ਜੀ ਨੇ 2 ਮਿੰਟ ਰੁਕ ਜਾਣਾ, ਉਹਨਾਂ ਨੇ ਕਹਿਣਾ 2 ਮਿੰਟ ਰੁਕੀ, ਇਹਨਾਂ ਅੰਦਰੋਂ ਭੱਜ ਕੇ ਜਾਣਾ ਵਾ, ਇਹਨੂੰ ਕਹਿੰਦਾ ਪ੍ਰਿੰਸ ਕੋਈ ਨਹੀਂ ਮਿਲੇ, ਠੀਕ ਹੈ ਜੀ। ਅਤੇ ਇਸ ਕਰਕੇ ਸਾਡੇ ਭਰਾ ਨੂੰ ਜਿੰਨੀ ਵਾਰੀ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਆ, ਉਹਨੂੰ ਡਬਲ ਵਾਰੀ ਇਹਨਾਂ ਨੇ ਉਹਨੂੰ ਉਜਾੜਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੇ ਮੁੱਖ ਮੰਤਰੀ ਜੀ ਸਾਹਿਬ ਨੂੰ ਅਤੇ DGP ਸਾਹਿਬ ਨੂੰ ਅਪੀਲ ਕਰਦਾ ਵਾਂ ਕਿ ਇਹੋ ਜਿਹੇ ਬੰਦਿਆਂ ਦੇ ਨਕੇਲ ਕੱਸੀ ਜਾਵੇ, ਠੀਕ ਹੈ ਜੀ। ਹੱਥ ਜੋੜ ਕੇ ਬੇਨਤੀ ਕਰਦਾ ਵਾਂ DGP ਸਾਹਿਬ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਤੁਹਾਨੂੰ ਵੋਟਾਂ ਇਸ ਕਰਕੇ ਪਾਈਆਂ ਵਾਂ ਵੀ ਨਸ਼ਾ ਬੰਦ ਕਰਾਇਆ ਜਾਵੇ। ਸਰ ਇੱਕੋ ਰਿਕੁਐਸਟ ਹੈ, ਇਹੋ ਜਿਹੇ ਬੰਦਿਆਂ ਨੂੰ ਸਰ ਚੁੱਕ ਕੇ ਮੈਂ ਕਹਿੰਦਾ ਨੋਟ ਬੇਲ ਦਿੱਤੀ ਜਾਵੇ, ਠੀਕ ਹੈ ਸਰ। ਮੈਂ ਉਸ ਦਿਨ ਆਪਣੇ ਆਪ ਜਿੱਥੇ ਕੋਈ ਉੱਥੇ ਪਹੁੰਚ ਜਾਵਾਂਗਾ, ਠੀਕ ਹੈ ਜੀ। ਭਾਅ ਜੀ ਮੇਰਾ ਨਾਮ ਅਮਰੀਕ ਸਿੰਘ ਸੋਨੂ। ਸੋਨੂ ਜੀ, ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਕੀ ਮਸਲਾ ਕੀ ਹੈ ਸਾਰਾ ਵੀਡੀਓ ਦਾ? ਸਰ ਮਸਲਾ ਮੇਰਾ ਇਹੀ ਜੇ ਵੀ ਅੱਜ ਤੋਂ 1 ਮਹੀਨਾ ਪਹਿਲਾਂ ਇਹਨਾਂ ਨੇ ਮੇਰੀ ਪੱਗ ਲਾਈ ਸੀਗੀ, ਇਹ ਨਸ਼ਾ ਵੇਚਦੇ ਨੇ, ਠੀਕ ਹੈ ਜੀ। ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਭਰਾਵਾਂ ਨੂੰ ਨਸ਼ਾ ਨਾ ਦਿਓ, ਇਹਨਾਂ ਮੇਰੇ ਭਰਾਵਾਂ ਦੀ ਜ਼ਿੰਦਗੀ ਖਰਾਬ ਕੀਤੀ, ਕਈ ਮੇਰੇ ਭਰਾ ਜਿਹੜੇ ਉਸੇ ਗਲੀ 'ਚ ਰਹਿੰਦੇ ਆ, ਠੀਕ ਹੈ ਜੀ। ਇਹਨਾਂ ਨੇ ਮੇਰੀ ਪੱਗ ਦੀ ਬੇਅਦਬੀ ਕਰਕੇ ਮੇਰਾ ਸਿਰ ਨੰਗਾ ਕੀਤਾ ਸੀਗਾ, ਠੀਕ ਹੈ। ਜਿਹੜੀ ਆ ਵੀਡੀਓ ਵਾਇਰਲ ਹੋ ਰਹੀ ਆ, ਇਹ ਸਿਰਫ ਮੇਰੀ ਇੱਜ਼ਤ ਕਰਕੇ ਪੱਗ ਕਰਕੇ ਹੀ ਮੈਂ ਇਹ ਕੁਛ ਕੀਤਾ ਜੇ, ਠੀਕ ਹੈ ਜੀ। ਲੇਕਿਨ ਤੁਹਾਨੂੰ ਲੱਗਦਾ ਨੇ ਕਿ ਇਹ ਜਿਹੜੀ ਵੀਡੀਓ ਵਾਇਰਲ ਨਹੀਂ ਕਰਨੀ ਚਾਹੀਦੀ ਸੀ? ਕਿਸੇ ਵੀ ਵਿਅਕਤੀ ਕੋ ਵੀ ਜਾ ਸਕਦੀ, ਤੁਹਾਡੇ ਪਰਿਵਾਰਕ ਮੈਂਬਰਾਂ ਕੋ ਵੀ ਜਾ ਸਕਦੀ? ਸਰ ਮੇਰੇ ਸਿਰ ਦੇ ਉੱਤੇ ਇੰਨਾ ਜਨੂੰਨ ਸਵਾਰ ਸੀਗਾ, 1 ਮਹੀਨਾ ਹੋ ਗਿਆ ਜੇ, ਮੇਰੇ ਦਿਮਾਗ 'ਤੇ ਇੰਨੀ ਟੈਨਸ਼ਨ ਸੀਗੀ ਵੀ ਜਿੰਨਾ ਚਿਰ ਮੇਰੀ ਪੱਗ ਨਹੀਂ ਮਿਲਦੀ ਮੈਂ ਉਹ ਤੋਂ ਬਿਨਾਂ ਨਾ ਛੱਡਣਾ ਨਹੀਂ ਸਰ। ਮੇਰਾ ਇਹੋ ਹੈਗਾ ਜੇ ਕਿ ਮੇਰੀ ਪੱਗ ਮੈਨੂੰ ਦਵਾਈ ਜਾਵੇ, ਜੇ ਮੇਰੀ ਪੱਗ ਨਾ ਮਿਲੀ ਤਾਂ ਜਿਹੜਾ ਛੋਟਾ ਭਰਾ ਵਾ ਗੁਰਮੀਤ ਦਾ, ਕਾਕਾ ਦਾਦੂ, ਮੈਂ ਉਹਦੇ ਨਾਲ ਵੱਧ ਬੁਰਾ ਹਾਲ ਕਰੂੰਗਾ ਕਾਕੇ ਦਾਦੂ ਦਾ, ਚਾਹੇ ਮੇਰੇ ਤੋਂ 10 ਪਰਚੇ ਹੋ ਜਾਣ, ਠੀਕ ਹੈ ਜੀ। ਇਹ ਜਿਹੜੀ ਪੱਗ ਆ ਮੇਰੀ, ਪੱਗ ਹੀ ਮੇਰੀ ਇੱਜ਼ਤ ਆ, ਪੱਗ ਹੀ ਸਾਡਾ ਸਭ ਕੁਝ ਆ, ਠੀਕ ਹੈ ਜੀ। ਇਹ ਦਸਮ ਪਾਤਸ਼ਾਹੀ ਪੱਗ ਆ ਸਾਡੇ ਦੀ, ਠੀਕ ਹੈ। ਇਹ ਕ੍ਰਿਸਚਨ ਧਰਮ ਨੂੰ ਮੰਨਦੇ ਆ, ਠੀਕ ਆ। ਉਹਨਾਂ ਦੀ ਕਰਕੇ ਇਹਨਾਂ ਨੇ ਕੋਈ ਵੀ ਪੱਗ ਦੀ ਇੱਜ਼ਤ ਨਹੀਂ ਰੱਖੀ। ਬਾਕੀ ਕ੍ਰਿਸਚਨ ਧਰਮ ਵਾਲਿਆਂ ਨੇ, ਮੈਂ ਕਹਿੰਦਾ ਕ੍ਰਿਸਚਨ ਧਰਮ ਇਹ ਨਹੀਂ ਚਾਹੁੰਦਾ ਵੀ ਕੋਈ ਕਿਸੇ ਦੀ ਪੱਗ ਲਾਵੇ ਜਾਂ ਕੋਈ ਕਿਸੇ ਦੇ ਸਿਰ ਨੰਗਾ ਕਰੇ। ਜਦੋਂ ਮੇਰੇ ਨੇ ਸਿਰ ਨੰਗਾ ਕੀਤਾ ਉਸ ਤੋਂ ਬਾਅਦ ਮੇਰੇ ਦਿਮਾਗ 'ਤੇ ਇੰਨੀ ਟੈਨਸ਼ਨ ਰਹੀ, 1 ਮਹੀਨਾ ਮੈਂ ਬਾਬਾ ਦੀਪ ਸਿੰਘ ਗੜੀ ਦਾਸ ਕੀ ਮਹਾਰਾਜ, ਮੈਨੂੰ ਨੀਂਦ ਨਹੀਂ ਆ ਰਹੀ, ਮੇਰਾ ਕੁਝ ਹੱਲ ਕਰੋ। ਅਤੇ ਅਗਲੇ ਦਿਨ ਹੀ ਬਾਬਾ ਦੀਪ ਸਿੰਘ ਜੀ ਨੇ ਮੇਰੇ 'ਤੇ ਕਿਰਪਾ ਕੀਤੀ ਅਤੇ ਮੈਨੂੰ ਇਹਨੂੰ ਨੰਗਾ ਕਰਨ ਦਾ ਮੌਕਾ ਮਿਲਿਆ, ਇਸ ਕਰਕੇ ਕਿ ਮੇਰਾ ਸਿਰ ਨੰਗਾ ਕੀਤਾ ਸੀ। ਪੂਰੀ ਗਲੀ ਦੇ ਵਿੱਚ ਮੇਰੀ ਵੀਡੀਓ ਵਾਇਰਲ ਹੋਈ ਜੇ ਸਰ। ਮੈਂ ਪ੍ਰਸ਼ਾਸਨ ਕੋਲ ਜਾ ਕੇ ਵੀ ਇਹ ਮੰਗ ਕੀਤੀ ਸੀਗੀ ਵੀ ਸਰ ਮੇਰੀ ਪੱਗ ਮੈਨੂੰ ਦਵਾ ਦਿਓ, ਮੇਰੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਹੈ, ਠੀਕ ਹੈ ਸਰ। ਖੁਫੀਆ ਏਜੰਸੀ ਭਾਵੇਂ ਇਹਨਾਂ 'ਤੇ ਇਨਵੈਸਟੀਗੇਸ਼ਨ ਕਰਾਈ ਜਾਵੇ, ਇਹ ਨਸ਼ਾ ਵੇਚਦੇ ਨੇ, ਠੀਕ ਹੈ ਜੀ। ਇਹਨਾਂ ਨੂੰ ਕਿਸੇ ਦੀ ਇੱਜ਼ਤ ਦਾ ਕੋਈ ਸਵਾਲ ਨਹੀਂ, ਜਵਾਬ ਨਹੀਂ ਹੈ। ਇਸ ਤੋਂ ਇੱਕੋ ਰਿਕੁਐਸਟ ਹੈ, ਮੇਰੀ ਮੇਰੀ ਪੱਗ ਦਵਾਈ ਜਾਵੇ। ਹਰਜੀਤ ਸਿੰਘ ASI ਨੂੰ 1 ਮਹੀਨਾ ਪਹਿਲਾਂ ਸਾਰੀ ਗੱਲ ਪਤਾ ਜੇ ਵੀ ਮੇਰੀ ਪੱਗ ਦਾ ਹੀ ਮਸਲਾ। ਰਾਤ ਸਾਰੀ ਰਾਤ 3 ਵਜੇ ਤੱਕ ਮੈਂ ਅਤੇ ਇਹਦਾ ਭਰਾ ਕਾਕਾ ਦਾਦੂ ਥਾਣੇ 'ਚ ਬੈਠੇ ਰਹੇ ਹਾਂ, ਮੇਰਾ ਸਿਰ ਵੀ ਪਾੜਿਆ, ਕੜਾ ਮਾਰ ਕੇ ਆ ਕੜਾ ਮੇਰੇ ਕੋਲ ਜੇ, ਆਹ ਕੜਾ ਇਹਨਾਂ ਨੇ ਮੇਰਾ ਸਿਰ ਪਾੜਤਾ। ਮੈਂ ਫਿਰ ਵੀ ਕੁਛ ਨਹੀਂ ਕਿਹਾ, ਮੈਂ ਮੇਰੀ ਪੱਗ ਤੋਂ ਮੈਨੂੰ ਸਿਰ ਦਾ ਪੜ ਦਾ ਕੋਈ ਦੁੱਖ ਨਹੀਂ ਸਰ। ਮੇਰੇ ਤੋਂ ਭਾਵੇਂ 10 ਪਰਚੇ ਹੋਣ, ਮੇਰਾ ਭਾਵੇਂ ਸਿਰ ਵੱਢਿਆ ਜਾਵੇ, ਮੈਂ ਜਿੰਨਾ ਚਿਰ ਪੱਗ ਵਾਪਸ ਨਾ ਲਈ ਉਹਨਾਂ ਚਿਰ ਸਰ ਮੈਂ ਕੋਈ ਵੀ ਰਾਜੀਨਾਮੇ ਬਾਰੇ ਕੋਈ ਗੱਲ ਨਹੀਂ ਹੋਣੀ ਚਾਹੀਦੀ ਮੇਰੇ ਨਾਲ। ਕੁਝ ਦਿਨ ਪਹਿਲਾਂ ਇੱਕ ਹੋਰ ਵੀਡੀਓ ਵਾਇਰਲ ਹੋ ਗਈ ਹੈ ਜੰਡਿਆਲੇ ਦੀ, ਜਿੱਥੇ ਨੌਜਵਾਨ ਦੀ ਬਜ਼ੁਰਗ ਸਰ ਉੱਥੇ ਵੀ ਪੱਗ ਲਾ ਕੇ ਆਉਂਦੀ ਹੈ, ਬੜੇ ਨਿਹੰਗ ਸਿੰਘ ਪਹੁੰਚਦੇ ਨੇ, ਕੀ ਲੱਗਦਾ ਤੁਹਾਨੂੰ? ਉਹਨਾਂ ਅਪੀਲ ਕਰੋ ਸਰ, ਮੈਂ ਇਹੀ ਅਪੀਲ ਕਰਦਾ ਵਾਂ ਜਿਸ ਵੀ ਕਿਸੇ ਸਿੱਖ ਦੀ ਪੱਗ ਕੋਈ ਉਤਾਰੇ, ਸਾਰੀਆਂ ਸਿੱਖ ਜਥੇਬੰਦੀਆਂ ਉਹਦੇ ਨਾਲ ਵੱਧ ਚੜ ਕੇ ਉਹਦਾ ਸਾਥ ਦੇਣ ਕਿ ਕੋਈ ਵੀ ਪੱਗ ਨੂੰ ਹੱਥ ਪਾਉਣ ਤੋਂ ਪਹਿਲਾਂ 100 ਵਾਰ ਨਹੀਂ 1000 ਵਾਰ ਸੋਚੇ ਕਿ ਮੈਂ ਕਿਸੇ ਪੱਗ ਨੂੰ ਹੱਥ ਨਹੀਂ ਲਾਉਣਾ, ਠੀਕ ਹੈ ਜੀ। ਇਹ ਦਸਮ ਪਾਤਸ਼ਾਹ ਦੀ ਪੱਗ ਆ, ਠੀਕ ਹੈ, ਕਾਨੂੰਨ ਆਪਣੀ ਜਗ੍ਹਾ ਜੀ, ਠੀਕ ਹੈ। ਮੇਰੇ ਦਸਮ ਪਾਤਸ਼ਾਹ ਨੇ ਸਾਡੇ ਸਿਰ ਇਸ ਕਰਕੇ ਕੱਜਿਆ ਵਾ ਕਿ ਕੋਈ ਵੀ ਬੰਦਾ ਸਿੱਖ ਕੌਮ ਜਿਹੜੀ ਆ ਉਹ ਲੋਕਾਂ ਦੀ ਮਦਦ ਵਾਸਤੇ ਆ, ਇਸ ਕਰਕੇ ਨਹੀਂ ਵੀ ਲੋਕਾਂ ਦੀ ਪੱਗ ਲੱਥੀ ਜਾਵੇ। ਬਸ ਮੇਰੀ ਇੱਕੋ ਰਿਕੁਐਸਟ ਆ ਸਰ ਵੀ ਮੇਰੀ ਪੱਗ ਦਾ ਇਨਸਾਫ ਮੈਨੂੰ ਦਵਾਇਆ ਜਾਵੇ, ਬਸ ਮੈਂ ਇਹੀ ਅਪੀਲ ਕਰਦਾ। ਮੈਂ ਇਹਨੂੰ ਨੰਗਾ ਕਰਕੇ ਬਹੁਤ ਖੁਸ਼ ਹਾਂ, ਕਿਉਂਕਿ ਜਿਸ ਤਰ੍ਹਾਂ ਇਹਨੇ ਮੇਰਾ ਸਿਰ ਨੰਗਾ ਕੀਤਾ ਸੀ ਉਸੇ ਤਰ੍ਹਾਂ ਮੈਂ ਇਹਨੂੰ ਇਹਦੇ ਨੂੰ ਵੱਧ ਨੰਗਾ ਕੀਤਾ ਵਾ, ਠੀਕ ਹੈ ਜੀ। ਮੈਂ ਇਹਦੇ ਭਰਾ ਕਾਕੇ ਦਾਦੂ ਨੂੰ ਵੀ ਇਹ ਗੱਲ ਕਹਿੰਦਾ ਵਾਂ
ਵੀ ਜਿੱਥੇ ਕਿਤੇ ਮਿਲ ਗਿਆ ਮੈਂ ਗੁੱਟ ਵੱਢਣੇ ਪੈ ਜਾਣ ਮੈਨੂੰ, ਪਰ ਮੇਰੀ ਪੱਗ ਮੋੜ ਦਿਓ, ਤੁਹਾਡੀ ਮੇਰੀ ਕੋਈ ਦੁਸ਼ਮਣੀ। ਜੇ ਪੱਗ ਜਿੰਜ ਨਾ ਮੁੜੀ ਉਹਨਾਂ ਚਿਰ ਭਾਵੇਂ ਮੇਰੇ 'ਤੇ ਪਰਚਾ ਦੇ, ਇਹਨਾਂ 'ਤੇ ਪਰਚਾ ਕੀਤਾ ਹੈ ਪੱਗ ਦਾ ਬੇਅਦਬੀ ਕਰਨ ਦਾ, ਸਿਰ 295 ਇਹ ਧਾਰਾ ਲਾ ਕੇ ਇਹਨਾਂ 'ਤੇ ਪਰਚਾ ਵੱਖਰਾ ਹੋਵੇ, ਜਿਹੜਾ ਮੇਰੀ ਕਾਨੂੰਨੀ ਕਾਰਵਾਈ ਬਣਦੀ ਉਹ ਵੀ ਕੀਤੀ ਜਾਵੇ। ਬਾਕੀ ਮੈਂ ਇਹ ਅਪੀਲ ਕਰਦਾ, ਮੇਰੀ ਪੱਗ ਦਵਾਈ ਜਾਓ ਸਰ, ਮੇਰੀ ਪੱਗ ਹੀ ਮੇਰੀ ਇੱਜ਼ਤ, ਪੱਗ ਹੀ ਮੇਰੀ ਨਿਸ਼ਾਨੀ, ਪੱਗ ਹੀ ਮੇਰੇ ਪਿਓ ਦੀ ਨਿਸ਼ਾਨੀ ਆ ਜੀ। ਇਸ ਕਰਕੇ ਇਹਨਾਂ ਨੂੰ ਮੈਂ ਪਿਆਰ ਨਾਲ ਕਹਿੰਦਾ ਮੇਰੀ ਪੱਗ ਦਿੱਤੀ ਜਾਵੇ, ਜੇ ਨਹੀਂ ਤਾਂ ਸਰ ਜਿੰਨੀ ਮੇਰੀ ਜ਼ਰੂਰਤ ਹੋਊਗੀ ਨਾ, ਜਾਂ ਇਹਨਾਂ ਟੱਬਰ 'ਚੋਂ ਦੋਵੇਂ ਭਰਾ ਰਹਿਣਗੇ ਜਾਂ ਮੈਂ ਰਹੂੰਗਾ ਜੀ। ਠੀਕ ਹੈ ਸਰ, ਮੈਂ ਸਿੱਖ ਕੌਮ ਨੂੰ ਇਹ ਅਪੀਲ ਕਰਦਾ ਵਾਂ, ਜਿਹੜੇ ਸਿੱਖ ਜਥੇਬੰਦੀਆਂ ਵਾਕਿਆ ਸਿੱਖ ਕੌਮ ਨਾਲ ਪਿਆਰ ਕਰਦੀਆਂ ਵਾ, ਉਹ ਮੇਰੇ ਨਾਲ ਵੱਧ ਤੋਂ ਵੱਧ ਮੇਰੇ ਨਾਲ ਸਾਥ ਦੇਣ, ਅਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਵੀ ਮੈਂ ਸੱਚਾ ਬੰਦਾ। ਜੇ ਮੇਰੇ ਮਨ 'ਚ ਕੋਈ ਪਾਪ ਹੁੰਦਾ ਸਰ, ਤਾਂ ਮੈਂ ਵੀਡੀਓ ਵਾਇਰਲ ਆਪ ਹੀ ਕੀਤੀ, ਅਤੇ ਆਪਣੇ ਇੰਟਰਵਿਊ ਮੈਂ ਤਾਂ ਦੇ ਸਕਿਆ ਕਿ ਮੈਂ ਸਰ 2-4 ਦਿਨ ਇੱਧਰ ਉੱਧਰ ਮਸਲੇ ਭੱਜਿਆ ਫਿਰਦਾ ਰਿਹਾ ਸਰ। ਇਸ ਕਰਕੇ ਰਿਕੁਐਸਟ ਇਹੋ ਜੀ, ਮੇਰੀ ਪੱਗ ਦਿਵਾ ਬਸ, ਮੇਰੀ ਪੱਗ ਦਿੱਤੀ ਜਾਵੇ, ਅਤੇ ਜੋ ਕਾਨੂੰਨੀ ਕਾਰਵਾਈ ਬਣਦੀ ਮੇਰੇ 'ਤੇ ਕਰੋ, ਜੋ ਬਣਦੀ ਉੱਤੇ ਕਰੋ। ਠੀਕ ਹੈ ਜੀ, ਬਸ ਮੇਰੀ ਇੱਕ ਰਿਕੁਐਸਟ ਹੈ, ਮੇਰੀ ਪੱਗ ਦਾ ਮਸਲਾ ਮੇਰੀ ਕੋਈ ਦੁਸ਼ਮਣੀ ਨਹੀਂ ਹੈ, ਆਪਣੀ ਖੁਫੀਆ ਏਜੰਸੀਆਂ ਭਾਵੇਂ ਸਰਕਾਰ ਲਾ ਕੇ ਇਹਨਾਂ ਦੀ ਇਨਵੈਸਟੀਗੇਸ਼ਨ ਕਰੇ ਵੀ ਨਸ਼ਾ ਵੇਚਦੇ ਕਿ ਨਹੀਂ ਵੇਚਦੇ। ਮੇਰਾ ਬ੍ਰਦਰ ਛੋਟਾ ਪ੍ਰਿੰਸ, ਠੀਕ ਹੈ ਜੀ, ਉਹਨੇ ਵੀ ਮੇਰੇ ਨਾਲ ਸੱਟਾਂ ਲਗਾਈਆਂ ਵਾ, ਠੀਕ ਆ, ਪਰ ਇਹ ਵੀ ਵੇਖ ਲਓ ਵੀ ਉਹਨੂੰ ਇਹ 3 ਵਾਰੀ ਸੈਂਟਰ ਦਾਖਲ ਕਰਵਾਇਆ, ਇਹਨੂੰ 1-2 ਵਾਰੀ ਫ੍ਰੀ ਦੇ ਦਿੰਦੇ ਨਸ਼ਾ, ਬਾਅਦ 'ਚੋਂ ਜਦੋਂ ਫਿਰ 2 ਜਦ ਆਦੀ ਹੋ ਜਾਂਦਾ ਸਰ, ਉਹਨੂੰ ਕੁਛ ਨਹੀਂ ਸਮਝ ਲੱਗਦੀ। ਠੀਕ ਹੈ ਜੀ, ਮੇਰਾ ਭਰਾ ਵਾ ਛੋਟਾ ਪ੍ਰਿੰਸ, ਬਾਕੀ ਇਹਦੇ ਵਿੱਚ 3-4 ਨਾਮ ਇਹਨਾਂ ਨਿਆਏ ਲਿਖਾਇਆ, ਜੁਝਾਰ ਸਿੰਘ ਬਬਲੂ, ਠੀਕ ਹੈ, ਮੇਰਾ ਬ੍ਰਦਰ ਛੋਟਾ ਬਬਲੂ ਦਾ ਨਾਂ ਜੇ, ਮੇਰੀ ਮਾਸੀ ਦਾ ਬੇਟਾ, ਉਹਦਾ ਵੀ ਨਾਮ ਨਿਆ ਹੀ ਲਗਾਇਆ ਜੇ। ਸਰ ਮੈਂ ਪ੍ਰਿੰਸ ਸ਼ਰਿਆਮ, ਆਪਾਂ ਕਹਿੰਦੇ ਅਸੀਂ ਸੱਟ ਮਾਰੀ ਆ, ਪਰ ਇਹ ਵੀ ਗੱਲ ਸੁਣੋ, ਮੈਂ ਸਿਰ ਨੰਗੇ 'ਤੇ, ਮੇਰੇ 'ਤੇ ਦਿਮਾਗ 'ਤੇ ਉਹਨਾਂ 'ਚ ਜਨੂਨ ਨਹੀਂ ਹਟਣਾ ਜੇ ਜਿਨ ਚਿਰ ਮੇਰੀ ਪੱਗ ਨਾ ਮਿਲੀ। ਸਰ ਇੱਕੋ ਰਿਕੁਐਸਟ ਹੈ, ਮੇਰੀ ਪੱਗ ਦਵਾਈ ਜਾਵੇ, ਬਾਕੀ ਮਾਰ ਹੈ ਬਾਬਾ ਦੀਪ ਸਿੰਘ ਕਿਰਪਾ ਨਾਲ, ਮੈਂ ਜਿੱਥੇ ਕਹੋਗੇ ਉੱਥੇ ਆਣ ਕੇ ਆਪ ਕਹਿੰਦਾ ਸਰ ਜੋ ਬਣਦੀ ਕਾਨੂੰਨੀ ਕਾਰਵਾਈ ਮੇਰੇ 'ਤੇ ਕਰ ਦਿਓ। ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ, ਇਹਦੇ ਵਿੱਚ ਗੁਰਮੀਤ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਨਗਰ ਨਾਂ ਦਾ ਇੱਕ ਵਿਅਕਤੀ ਆ, ਉਹਦੇ ਨਾਲ ਕੁਛ ਵਿਅਕਤੀਆਂ ਵੱਲੋਂ ਮਾਰਕੁੱਟ ਕੀਤੀ ਜਾਂਦੀ ਆ, ਅਤੇ ਫਿਰ ਉਹਦੇ ਕੱਪੜੇ ਉਤਾਰੇ ਜਾਂਦੇ ਆ, ਅਤੇ ਉਹਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਆ। ਇਸ ਸੰਬੰਧ ਜਿਹੜਾ ਅਸੀਂ ਉਹਦਾ ਗੁਰਮੀਤ ਸਿੰਘ ਜਿਹੜਾ ਮਦਈ, ਉਹਦਾ ਤੁਰੰਤ ਮੈਡੀਕਲ ਕਰਾ ਕੇ, ਅਤੇ ਉਸੇ ਦਿਨ ਹੀ FIR ਦਰਜ ਕਰ ਦਿੱਤੀ ਗਈ ਸੀ। 4 ਵਿਅਕਤੀਆਂ ਦੇ ਖਿਲਾਫ 22 FIR ਦਰਜ ਆ, ਬਾਕੀ ਅਣਪਛਾਤੇ ਆ। ਵੀਡੀਓ ਜਿਹੜੀ ਵਾਇਰਲ ਹੋਈ ਹੈ, 1 ਹਫ਼ਤਾ ਬਾਅਦ 'ਚ ਇਹ ਦੋਸ਼ੀਆਂ ਵੱਲੋਂ ਹੀ ਲੱਗਦਾ ਵਾਇਰਲ ਕੀਤੀ ਗਈ ਹੈ, ਕਿਉਂਕਿ ਉਹਨਾਂ ਵੱਲੋਂ ਵੀਡੀਓ ਬਣਾਈ ਲੱਗਦੀ ਆ, ਅਤੇ ਅਸੀਂ ਪਹਿਲਾਂ ਹੀ ਇਹ 'ਤੇ ਕਾਰਵਾਈ ਜਿਹੜੀ ਕਰ ਦਿੱਤੀ ਗਈ ਸੀ। ਇਹ ਜਿਹੜੇ ਵੀਡੀਓ ਵਾਇਰਲ ਹੋਈ ਹੈ, ਦੱਸਿਆ ਜਾ ਰਿਹਾ ਕਿ ਨਸ਼ੇ ਨੂੰ ਲੈ ਕੇ ਨਸ਼ਾ ਤਸਕਰ ਨੇ ਜਿਹੜੇ ਆਪਸ 'ਚ ਨਸ਼ੇ ਦਾ ਕਾਰੋਬਾਰ ਕਰਦੇ, ਉਹਨਾਂ ਵੱਲੋਂ ਇਹ ਲੜਾਈ ਝਗੜਾ ਵੀ ਕੀਤਾ। ਨਹੀਂ, ਜਿਹੜੀ ਇਹ ਆ, ਇਹ ਕਰਾ ਦਿੱਤਾ ਸੀ, ਪਰ ਦੋਸ਼ੀ ਪਾਰਟੀ ਵੱਲੋਂ ਮਨ 'ਚ ਰੰਜਿਸ਼ ਰੱਖਦੇ ਹੋਏ ਉਹਦੇ ਭਰਾ ਗੁਰਮੀਤ ਸਿੰਘ ਨੂੰ ਜਿਹੜਾ ਘੇਰ ਕੇ ਸੱਟਾਂ ਮਾਰੀਆਂ, ਕੁੱਟਮਾਰ ਕੀਤੀ ਆ, ਉਹਦੇ ਕੱਪੜੇ ਉਤਾਰ ਕੇ ਬੇਇੱਜ਼ਤ ਕੀਤਾ, ਅਤੇ ਉਹਦੀ ਵੀਡੀਓ ਵਾਇਰਲ ਕੀਤੀ ਆ। ਇਸ ਸੰਬੰਧ 'ਚ ਅਸੀਂ 142 ਨੰਬਰ FIR ਉਸੇ ਦਿਨ ਦਰਜ ਕਰ ਦਿੱਤੀ ਸੀ, ਅਤੇ ਦੋਸ਼ੀ ਜਿਹੜੇ ਘਰੋਂ ਭਗੌੜੇ ਨੇ, ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊ। ਅੱਛਾ, ਇੱਥੇ ਇਹਨਾਂ ਦਾ ਪਹਿਲਾਂ ਝਗੜਾ ਕਿੱਥੇ ਹੋਇਆ ਸੀ, ਕਿਹੜੀ ਜਗ੍ਹਾ? ਪਹਿਲਾਂ ਵੀ ਝਗੜਾ ਜਿਹੜਾ ਸ਼ਹੀਦ ਊਧਮ ਸਿੰਘ ਨਗਰ ਦੇ ਘਰ ਦੇ ਲਾਗੇ ਜਾ ਕੇ ਕਿਤੇ ਹੋਇਆ ਸੀ, ਉਹ ਮਾਮੂਲੀ ਝਗੜਾ ਆਇਆ ਸੀ, ਉਹਦਾ ਇਹ ਰਾਜੀਨਾਮਾ ਇਹਨਾਂ ਨੇ ਕਰ ਲਿਆ ਸੀ। ਇਹ ਦੋਨੋਂ ਤਰ੍ਹਾਂ ਕਾਰੋਬਾਰ ਕੀ ਕਰਦੇ ਨੇ? ਦੋਸ਼ੀ ਪਾਰਟੀ ਦਾ ਤਾਂ ਅਜੇ ਨਹੀਂ ਪਤਾ ਲੱਗਾ ਕੀ ਕਾਰੋਬਾਰ ਕਰਦੇ, ਕੋਈ ਵੱਖ ਵੱਖ ਜਾ ਦੇ, ਕੋਈ ਤਰਨ ਤਾਰਨ ਦਾ ਰਹਿਣ ਵਾਲਾ, ਕਈਆਂ ਦੇ ਐਡਰੈਸ ਅਜੇ ਪੂਰੇ ਮੁਕੰਮਲ ਪਤਾ ਨਹੀਂ ਲੱਗਾ, ਪਰ ਮਦਈ ਬਾਰੇ ਪਤਾ ਲੱਗਾ ਕਿ ਕੋਈ ਪ੍ਰਾਪਰਟੀ ਦਾ ਕੰਮ ਕਰਦਾ, ਕਿ ਇਹ ਕਦਾ ਭਰਾ ਕਾਕਾ ਇਹ ਰਕਸ਼ਾ ਚਲਾਉਂਦਾ। ਇਸ ਤਰ੍ਹਾਂ ਦੀ ਵੀਡੀਓ ਲਗਾਤਾਰ ਵਾਇਰਲ ਹੁੰਦੀਆਂ ਨੇ, ਵੱਖ ਵੱਖ ਕ੍ਰਿਮੀਨਲ ਤਰੀਕੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਨੇ, ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਉਹਨਾਂ ਨੂੰ ਪ੍ਰਸ਼ਾਸਨ ਦਾ ਡਰ ਨਹੀਂ ਆ, ਜਾਂ ਉਹਨਾਂ ਨੂੰ ਲੱਗਦਾ ਕਿ ਅਸੀਂ ਜ਼ਮਾਨਤ ਕਰਾ ਲਾਂਗੇ ਬਾਹਰ ਆ ਜਾਣਾ ਸਾਨੂੰ ਕੋਈ ਦਿੱਕਤ? ਦੇਖੋ, ਜਿਹੜੇ ਇਹੋ ਜਿਹੇ ਲੋਕ ਵੀਡੀਓ ਵਾਇਰਲ ਕਰਦੇ ਆ, ਉਹ ਫਿਰ ਕਾਨੂੰਨ ਦਾ ਵੀ ਸਾਹਮਣਾ ਇਹੋ ਉਹਨਾਂ ਨੂੰ ਕਰਨਾ ਪੈਂਦਾ, ਉਹਨਾਂ ਨੂੰ ਸਜ਼ਾ ਵੀ ਹੁੰਦੀ ਆ, ਕਿਉਂਕਿ ਆਪ ਹੀ ਵੀਡੀਓ ਵਾਇਰਲ ਕਰਕੇ ਆਪਣੇ ਖਿਲਾਫ਼ ਆਪ ਜਿਹੜਾ ਸਬੂਤ ਆ ਉਹ ਜਨਤਕ ਤੌਰ 'ਤੇ ਨਸ਼ਰ ਕਰਦੇ ਆ। ਅਦਾਲਤ ਵਿੱਚ ਇਹ ਸਬੂਤ ਪੇਸ਼ ਕੀਤੇ ਜਾਣਗੇ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਕਰਾਈ ਜਾਊਗੀ, ਤਾਂ ਜੋ ਦੂਜੇ ਲੋਕਾਂ ਨੂੰ ਇਹ ਮਿਸਾਲ ਪੈਦਾ ਕਿ ਲੋਕ ਗਾਂ ਇਹੋ ਜਿਹੀ ਹਰਕਤ ਨਾ ਕਰਨ। ਧੰਨਵਾਦ।